ਸਾਤਰੀਆ ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚਰਚਾ ਕਰਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਪ੍ਰਕਾਸ਼ ਸਿੰਘ ਬਾਦਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਸੰਭਵ ਨਹੀਂ ਇਹ ਉਹਨੇ ਵੱਡੇ ਲੀਡਰ ਨਹੀਂ ਜਿੰਨੇ ਵੱਡੇ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਦੇ ਵਰਗਾ ਹੋਣ ਦੀ ਜੋ ਇਹਨਾਂ ਨੇ ਹਿੰਮਤ ਦਿਖਾਈ ਉਹ ਪਹਿਲੀ ਸੱਟ ਹੀ ਤੈਸ਼ ਨੈਸ਼ ਹੋ ਗਈ ਇਹਨਾਂ ਨੇ ਸਰਪ੍ਰਸ ਸੁਖਦੇਵ ਸਿੰਘ ਢੀਡਸਾ ਦੀ ਮਰਜ਼ੀ ਤੋਂ ਬਿਨਾ ਜੋ ਕੈਂਡੀਡੇਟ ਡਿਕਲੋਨਸ ਕੀਤੇ 7 ਸੀਟਾਂ ਤੇ ਉਹਨਾਂ ਦਾ ਸੁਖਦੇਵ ਸਿੰਘ ਢੀਡਸਾ ਨੇ ਵਿਰੋਧ ਕਰ ਦਿੱਤਾ ਸਪੈਸ਼ਲੀ ਸੰਗਰੂਰ ਵਾਲੀ ਸੀਟ ਯਾਨੀ ਕਿ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਆਪਣੇ ਸਰਪ੍ਰਸਤ ਨੂੰ ਹੀ ਰੈਕੋਗਨਾਈਜ਼ ਨਾ ਕਰੋ ਉਹਦੀ ਪਦਵੀ ਨੂੰ ਨਾ ਰੈਕੋਗਨਾਈਜ਼ ਕਰੋ ਸੋ ਢਿੰਡੇ ਨਾਲ ਜੋ ਉਹਨਾਂ ਨੂੰ ਆਦਰ ਮਾਨ ਸਤਿਕਾਰ ਕਰਨਾ ਚਾਹੀਦਾ ਸੀ ਉਹ ਉਹਨਾਂ ਨੇ ਨਹੀਂ ਦਿਖਾਇਆ ਉਹਨਾਂ ਦਾ ਜਿਹੜਾ ਸੀਟਾਂ ਦਾ ਫੈਸਲਾ ਲੈਣਾ ਤੇ ਅਨਾਉਂਸ ਕਰਨ ਦਾ ਜਿਹੜਾ ਆਪ ਹੁਦਰਾਪੰਦ ਸੀ ਉਹ ਜੋ ਸੁਖਦੇਵ ਸਿੰਘ ਢਿੰਡਸਾ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਇਸ ਪਾਰਟੀ ਵਿੱਚ ਸਮਿਲਿਤ ਕਰਨ ਵਾਲਾ ਜੋ ਲੀਡਰ ਆਇ ਸੀ ਉਹਨਾਂ ਅੰਦਰ ਬੇਹੱਦ ਕੁਸਾ ਜਿਹੜਾ ਕਿ ਗੁੱਸਾ ਉਹਨਾਂ ਨੇ ਕੱਲ ਜੋ ਚੰਡੀਗੜ੍ਹ 'ਚ ਮੀਟਿੰਗ ਹੋਈ ਉਹਦੇ ਵਿੱਚ ਉਸ ਦਾ ਖੁੱਲੇ ਆਮ ਪ੍ਰਗਟਾ ਕੀਤਾ ਗੱਲ ਸਿਰਫ ਇੰਨੀ ਨਹੀਂ ਕਿ ਸੰਗਰੂਰ ਤੋਂ ਢਿੰਡਸਾ ਸਾਹਿਬ ਦੇ ਬੇਟੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢਿੰਡਸਾ ਨੂੰ ਪਾਰਲੀਮੈਂਟ ਦੀ ਸੀਟ ਨਹੀਂ ਦਿੱਤੀ ਟਿਕਟ ਨਹੀਂ ਦਿੱਤੀ ਉਹਦੇ ਥਾਂ ਉਹਨਾਂ ਨੇ ਆਪਣੇ ਵਫਾਦਾਰ ਸਿਪਾਈ ਇਕਬਾਲ ਸਿੰਘ ਝੁੰਦਾ ਨੂੰ ਉੱਥੋਂ ਟਿਕਟ ਦੇ ਦਿੱਤੀ ਉਹ ਪਹਿਲੀ ਵਾਰੀ ਪਾਰਲੀਮੈਂਟ ਦੀ ਚੋਣ ਲੜਨਗੇ ਪਰ ਜਿਸ ਪ੍ਰਕਾਰ ਸੁਖਦੇਵ ਸਿੰਘ ਢਿੰਡਸਾ ਦੇ ਜੋ ਗਰੁੱਪ ਦੇ ਲੀਡਰ ਅਤੇ ਵਰਕਰਾਂ ਉਨ੍ਹਾਂ ਵਿੱਚ ਰੋਸ ਹੈ ਗੁੱਸਾ ਹੈ ਦੇਵ ਸਿੰਘ ਢਿੰਡਸਾ ਵੀ ਬਹੁਤ ਨਰਾਸ਼ ਹਨ ਅਤੇ ਉਹਨਾਂ ਨੂੰ ਅਫਸੋਸ ਹੈ ਕਿਵੇਂ ਜਿਵੇਂ ਉਹਨਾਂ ਦੀ ਬੇਇੱਜ਼ਤੀ ਕਰਦੇ ਅਜਿਹੀ ਜੋ ਸਿਚੁਏਸ਼ਨ ਸੁਖਬੀਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਪੈਦਾ ਕੀਤੀ ਹੈ ਸੰਗਰੂਰ ਪਾਰਲੀਮੈਂਟਰੀ ਕੰਸਟੀਚੁਐਂਸੀ ਵਿੱਚ ਇਹਦੇ ਸਿੱਟੇ ਕੀ ਨਿਕਲਣਗੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਏ ਜੋ ਲੋਕਾਂ ਅੰਦਰ ਵਰਕਰਾਂ ਅੰਦਰ ਜੋ ਨਿਰਾਸ਼ਾ ਹੋਈ ਹੈ ਅਤੇ ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਸੁਖਦੇਵ ਸਿੰਘ ਢਿੰਡਸਾ ਨੇ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਜਿੱਦੇ ਵਿੱਚ ਕੇ ਉਹਨਾਂ ਦੇ ਜੋ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ 50 ਦੇ ਕਰੀਬ ਲੀਡਰ ਸਨ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਵਾਅਦਿਆਂ ਤੋਂ ਮਨੁਕਰ ਹੋਏ ਹਨ ਉਹਨਾਂ ਨੇ ਜੋ ਪ੍ਰੋਮਿਸ ਕੀਤਾ ਸੀ ਕਿ ਸੀਟ ਤੇ ਟਿਕਟ ਪਰਮਿੰਦਰ ਸਿੰਘ ਢੀਂਡ ਸੈਨੂ ਦਿੱਤੀ ਜਾਏਗੀ ਉਹ ਵਿਸ਼ਵਾਸ ਉਹਨਾਂ ਨੇ ਤੋੜਿਆ ਜਿਹੜਾ ਇਸ ਤੋਂ ਵੀ ਵੱਡਾ ਦੋਸ਼ ਇਸ ਨੂੰ ਤੇ ਅਸੀਂ ਕਾਂਗੇ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਤੇ ਉਹਨਾਂ ਦੇ ਅੰਦਰ ਬੜਾ ਗੁੱਸਾ ਉਹਨਾਂ ਨੂੰ ਐ ਲੱਗਦਾ ਉਹਨਾਂ ਦੀ ਹੀਠੀ ਹੋ ਗਈ ਹੈ ਦੂਜਾ ਗੱਲ ਉਹਨਾਂ ਨੇ ਕਿਹਾ ਪੰਜਾਬ ਅਤੇ ਪੰਥ ਜਾਨੀ ਕਿ ਪੰਥ ਤੇ ਪੰਜਾਬ ਨਾਲ ਉਹ ਮੁੱਦੇ ਜਿਨ੍ਹਾਂ ਨਾਲ ਪੰਥ ਤੇ ਪੰਜਾਬ ਵਿੱਚ ਖੁਸ਼ਹਾਲੀ ਹੋਣੀ ਸੀ ਉਹਨਾਂ ਉੱਪਰ ਵੀ ਸੁਖਬੀਰ ਸਿੰਘ ਬਾਦਲ ਕੋਈ ਕਾਰਵਾਈ ਕਰਨ ਤੋਂ ਸਮਰਾਥ ਰੇਨ ਅਤੇ ਮੋਕਰਗੇ ਯਾਨੀ ਇਹ ਦੋਸ਼ ਦੂਸਰਾ ਵੱਡਾ ਦੋਸ਼ ਹੈ ਜੋ ਪਾਰਟੀ ਦੀ ਸਿਧਾਂਤਕ ਯਾਨੀ ਕਿ ਵਿਚਾਰਧਾਰਾ ਉੱਪਰ ਜੋ ਸੁਖਦੇਵ ਸਿੰਘ ਢੀਂਡਸਾ ਨੇ ਹਮਲਾ ਕਰਕੇ ਸੁਖਬੀਰ ਨੂੰ ਨੀਮਾ ਦਿਖਾਇਆ ਉਹ ਵੀ ਸਾਨੂੰ ਸਮਝ ਲੈਣਾ ਚਾਹੀਦਾ ਜਦੋਂ ਉਹਨਾਂ ਦੇ ਵਰਕਰਾਂ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਦੇ ਸਮਰਥਨ ਵਿੱਚ ਕੰਮ ਨਹੀਂ ਕਰਨਾ ਚਾਹੀਦਾ ਤਾਂ ਸੁਖਦੇਵ ਸਿੰਘ ਢਿੰਡਸਾ ਨੇ ਇਹ ਜੋ ਬਾਗੀ ਸੁਰਾਂ ਸੀ ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਇਹ ਕਿਹਾ ਕਿ ਨਾ ਤਾਂ ਆਪਾਂ ਪਾਰਟੀ ਛੱਡਣੀ ਹੈ ਆਪਾਂ ਪਾਰਟੀ ਲਈ ਸਾਰਿਆਂ ਨੇ ਰਲ ਕੇ ਕੰਮ ਕਰਨਾ ਹੈ ਔਰ ਵਰਕਰਾਂ ਨੇ ਤੇ ਬਾਅਦ ਬਾਅਦ ਕਹਿ ਦਿੱਤਾ ਕਿ ਅਜੇ ਹਾਲਾਤਾਂ ਵਿੱਚ ਕੰਮ ਕਰਨਾ ਉਹਨਾਂ ਦੇ ਬਸ ਦੀ ਗੱਲ ਨਹੀਂ ਇਹ ਤਾਂ ਉਹਨਾਂ ਦੀ ਅਸਮਰਥਾ ਜਿਹੜੀ ਉਹਨਾਂ ਨੇ ਪ੍ਰਗਟਾਤੀ ਔਰ ਇੱਥੇ ਮੈਂ ਇਹ ਵੀ ਸੁਚੇਤ ਕਰ ਦਿਆਂ ਦਰਸ਼ਕਾਂ ਨੂੰ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹ ਗੱਲ ਕਹੀ ਕਿ ਜੋ ਹਾਲਾਤ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਤੇ ਬਰਨਾਲੇ ਦੇ ਇਲਾਕਿਆਂ ਵਿੱਚ ਪੈਦਾ ਕਰ ਦਿੱਤੇ ਨੇ ਉਹਦੇ ਨਾਲ ਇਸ ਪਾਰਟੀ ਦੇ ਲੀਡਰਾਂ ਲਈ ਜਾਂ ਵਰਕਰਾਂ ਦਾ ਕੰਮ ਕਰਨਾ ਜਿਹੜਾ ਉਹ ਬੜਾ ਔਖਾ ਲੱਗ ਰਿਹਾ ਪਰ ਫਿਰ ਵੀ ਉਹਨਾਂ ਨੇ ਵਰਕਰਾਂ ਨੂੰ ਅਤੇ ਲੀਡਰਾਂ ਨੂੰ ਹੌਸਲਾ ਅਫਜਾਈ ਦਿੱਤੀ ਕਿ ਨਹੀਂ ਅਸੀਂ ਪਾਰਟੀ ਤੇ ਪੰਜਾਬ ਲਈ ਕੰਮ ਕਰਾਂਗੇ ਅਸੀਂ ਇਸ ਪਾਰਟੀ ਨੂੰ ਮੋੜ ਬਿਲਡ ਕਰਾਂਗੇ ਉਹਨਾਂ ਨੇ ਕਿਹਾ ਕਿ ਵੀ 4-5 ਸਾਲ ਬਾਅਦ ਜੋ ਢੀਂਡਸਾ ਸਾਹਿਬ ਦੀ ਘਰ ਵਾਪਸੀ ਹੋਈ ਇਹ ਘਰ ਵਾਪਸੀ ਜਿਹੜੀ ਆ ਉਸ ਵਿੱਚ ਉਹਨਾਂ ਦੇ ਸਾਹਮਣੇ ਪੰਥ ਅਤੇ ਪੰਜਾਬ ਦਾ ਭਲਾ ਸੀਗਾ ਜਿਸ ਤੋਂ ਉਹ ਇਹ ਕਹਿ ਰਹੇ ਨੇ ਕਿ ਉਹ ਸੁਖਬੀਰ ਕਰਕੇ ਨਹੀਂ ਆਏ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਅਕਾਲੀ ਦਲ 103 ਸਾਲ ਪੁਰਾਣੀ ਪੋਲੀਟੀਕਲ ਪਾਰਟੀ ਹੈ ਜੋ ਪੰਥ ਦੀ ਹੈ ਜੋ ਪੰਜਾਬ ਦੀ ਹੈ ਉਸ ਦੀ ਬੇਤਰੀ ਅਤੇ ਉਸ ਨੂੰ ਤਕੜਾ ਕਰਨ ਲਈ ਉਹ ਆਪਣੇ 50 ਤੋਂ ਵੱਧ ਲੀਡਰਾਂ ਤੇ ਕੋਈ 2.5 300 ਵਰਕਰਾਂ ਨਾਲ ਉਹਨਾਂ ਨੇ ਮੋੜ ਕਰ ਵਾਪਸੀ ਕੀਤੀ ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹਨਾ ਕੇ ਸੁਖਬੀਰ ਬਾਦਲ ਉਹਨਾਂ ਦੇ ਘਰ ਬਿਨਾ ਪਹਿਲਾਂ ਨਿਸ਼ਚਿਤ ਕੀਤੀ ਮੀਟਿੰਗ ਤੇ ਚਲੇ ਗਏ ਜਦੋਂ ਢੀਂਡਾ ਸਾਹਿਬ ਦੀ ਇਹ ਮੀਟਿੰਗ ਖਤਮ ਹੋ ਗਈ ਆਪਣੀ ਪੁਰਾਣੇ ਗੁੱਟ ਦੀ ਜਾਨੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਾਲੇ ਗੁੱਟ ਦੀ ਤਾਂ ਸੁਖਬੀਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਪਰ ਢੀਂਡਾ ਜੀ ਨੇ ਬڑا ਗੁੱਸੇ ਨਾਲ ਉਹਨਾਂ ਚ ਗੱਲ ਕੀਤੀ ਤਲਖੀ ਸੀਗੀ ਤਲਖੀ ਇੰਨੀ ਜ਼ਿਆਦਾ ਸੀਗੀ ਕਿਉਂਕਿ ਉਹਨਾਂ ਦੇ ਬੇਟੇ ਨੂੰ ਟਿਕਟ ਦੀ ਨਾ ਕੀਤੀ ਗਈ ਸੀ ਤਾਂ ਉਹਨਾਂ ਅੰਦਰ ਤਲਖੀ ਇੰਨੀ ਜ਼ਿਆਦਾ ਸੀ ਕਿ ਸੁਖਬੀਰ ਬਾਦਲ ਉਥੇ ਖੜ ਵੀ ਨਾ ਸਕੇ ਮਸੀਂ ਉਹਨਾਂ ਨੇ 15 ਮਿੰਟ ਦਾ ਸਮਾਂ ਗੁਜ਼ਾਰਿਆ ਜਦ ਕਿ ਲੰਬੀ ਮੀਟਿੰਗ ਹੋ ਸਕਦੀ ਸੀ ਉਹਦੇ ਵਿੱਚ ਸੁਖਬੀਰ ਬਾਦਲ ਉਹਨਾਂ ਨੂੰ ਸੁਝਾਅ ਦੇ ਸਕਦੇ ਸੀ ਕਈ ਤਰ੍ਹਾਂ ਦੀ ਉਹਨਾਂ ਨੂੰ ਵਰਗਲਾਣ ਲਈ ਜਾਂ ਖੁਸ਼ ਕਰਨ ਲਈ ਜਾਂ ਉਹਨਾਂ ਨੂੰ ਦਾਬ ਵਿਸ਼ਵਾਸ ਜਿੱਤਣ ਲਈ ਕੁਝ ਕਹਿ ਸਕਦੇ ਸੀ ਕਿ ਅਜਿਹਾ ਆਗੋ ਨਹੀਂ ਹੋਏਗਾ ਪਰ ਮੀਟਿੰਗ ਲੰਬੀ ਚੱਲੀ ਨਹੀਂ ਇਹ ਮੀਟਿੰਗ ਇਸ ਕਰਕੇ ਲੰਬੀ ਨਹੀਂ ਚਲੀ ਕਿ ਸੁਖਦੇਵ ਸਿੰਘ ਢੀਂਸਾ ਇੰਨੀ ਤਲਖੀ ਨਾਲ ਅੰਦਰ ਬੋਲ ਰਹੇ ਸਨ ਜੋ ਸੂਤਰਾ ਨੇ ਦੱਸਿਆ ਅਤੇ ਜੋ ਪਾਰਟੀ ਵਰਕਰ ਜੋ ਇਸ ਗੁੱਟ ਦੇ ਉੱਥੇ ਸੀ ਉਹਨਾਂ ਨੇ ਬਾਝ ਦੱਸਿਆ ਕਿ ਉਹਨਾਂ ਦੀ ਤੂ ਤੂ ਮਹਿਮਾ ਹੀ ਨਹੀਂ ਹੋਈ ਬਾਕੀ ਸਭ ਕੁਝ ਹੋ ਗਿਆ ਤਾਂ ਸੁਖਬੀਰ ਬਾਦਲ ਨੂੰ ਐਵੇਂ ਲੱਗਿਆ ਜਿਵੇਂ ਉਸ ਦੀ ਇੱਥੇ ਬੇਇੱਜ਼ਤੀ ਕੀਤੀ ਜਾ ਰਹੀ ਹੈ ਜਾਂ ਉਸ ਨੂੰ ਉਹ ਛੱਡਣਾ ਪਿਆ 15 ਮਿੰਟਾਂ ਦੇ ਵਿੱਚ ਵਿੱਚ ਹੀ ਉਥੋਂ ਭਜਲੇ ਔਰ ਇੱਥੇ ਮੈਂ ਇੱਕ ਹੋਰ ਗੱਲ ਦੱਸਦਾ ਜਦੋਂ ਬਾਹਰ ਉੱਥੇ ਜੋ ਪੱਤਰਕਾਰ ਖੜੇ ਸੀ ਚੰਡੀਗੜ੍ਹ ਦੇ ਉਹਨਾਂ ਨੇ ਜੋ ਸਵਾਲ ਕੀਤੇ ਤਾਂ ਸੁਖਬੀਰ ਨੇ ਕਿਸੇ ਸਵਾਲ ਨੂੰ ਲਿਆ ਨਹੀਂ ਉਥੋਂ ਭੱਜੇ ਗੱਡੀ ਚਲਾ ਕੇ ਜਾਨੀ ਕਿ ਇਹ ਪਹਿਲੀ ਵਾਰੀ ਹੋਇਆ ਕਿ ਸੁਖਬੀਰ ਬਾਦਲ মিডিਏ ਨੂੰ ਵੀ ਫੇਸ ਕਰਨ ਤੋਂ ਭੱਜ ਗਏ ਇਹ ਸੀਗੀ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਤੇ ਏਸੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢਿੰਡਸਾ ਦੀ ਮੀਟਿੰਗ ਜਿਹੜੀ ਕਿ ਪਿਛਲੇ 15 ਦਿਨਾਂ ਵਿੱਚ ਪਹਿਲੀ ਹੋਈ 1 ਟੂ 1 ਜਦੋਂ ਦੀ ਉਹਨਾਂ ਨੇ ਪਾਰਟੀ ਵਿੱਚ ਰਲੇਵਾ ਕੀਤਾ ਉਸ ਤੋਂ ਪਹਿਲਾਂ ਇਹ ਪਹਿਲੀ ਮੀਟਿੰਗ ਸੀ ਜਿਹੜੀ ਕਿ ਬੜੀ ਤਲਖੀ ਨਾਲ ਗੁੱਸੇ ਨਾਲ ਸ਼ੁਰੂ ਹੋਈ ਤੇ ਗੁੱਸੇ ਵਿੱਚ ਹੀ ਖਤਮ ਹੋ ਗਈ ਅੱਦੇ ਸੁਖਬੀਰ ਉਥੋਂ ਭੱਜ ਲੇ ਸੁਖਵੀਰ ਸਿੰਘ ਬਾਦਲ ਕੱਲ ਆਏ ਹੋਏ ਸਨ ਜੋ ਪਟਿਆਲੇ ਦੇ ਪ੍ਰਤੀਨਿਧ ਉਹਨਾਂ ਨੇ ਖੜਾ ਕੀਤਾ ਕੈਂਡੀਡੇਟ ਐਨ ਕੇ ਸ਼ਰਮਾ ਜੋ ਕਿ ਇਥੋਂ ਬਿਲਡਰ ਹਨ ਜੀਰਗਪੁਰ ਦੇ ਬੜੇ ਤਨਾਰਡ ਹਨ ਉਹਨਾਂ ਦੀ ਕੱਲ ਉਹਨਾਂ ਨੇ ਕੈਂਪੇਨ ਲਾਂਚ ਕੀਤੀ ਮੋਹੱਲੀ ਤੋਂ ਉਸ ਕੈਂਪੇਨ ਲਈ ਉਹ ਆਏ ਹੋਏ ਸੀ ਤਾਂ ਉਹਨਾਂ ਨੇ ਇਹ ਸੋਚਿਆ ਕਿ ਹੁਣ ਢਿੰਡ ਸਾਹਿਬ ਸਾਹਿਬ ਦੀ ਨਾਰਾਜਗੀ ਨੂੰ ਵੀ ਥੋੜਾ ਜਿਆ ਉਹਨਾਂ ਨੂੰ ਵਰਗਲਾਈਏ ਥੋੜਾ ਜੀ ਉਹਨਾਂ ਨੂੰ ਖੁਸ਼ ਕਰੀਏ ਕੋਈ ਉਹਨਾਂ ਨੂੰ ਹੋਰ ਅਗਲੇ ਵੱਡੇ ਲਾਰੇ ਲਾ دیے ਪਰ ਸੁਖਦੇਵ ਸਿੰਘ ਢਿੰਡ ਸਾਹਿਬ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ ਉਹਨਾਂ ਨੇ ਇੱਕੋ ਗੱਲ ਦੀ ਰੱਟ ਲਾਈ ਕਿ ਇਹ ਉਹਨਾਂ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਸ਼ਵਾਸ ਘਾਤ ਕੀਤਾ ਸ਼ਬਦ ਉਹਨਾਂ ਨੇ ਜਿਹੜਾ ਯੂਜ਼ ਕੀਤਾ ਉਹ ਹੈ ਕਿ ਸੁਖਬੀਰ ਬਾਦਲ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਗਏ ਇਹ ਵੀ ਕਹਿ ਦਿੱਤਾ ਕਿ ਪੰਥ ਤੇ ਪੰਜਾਬ ਦੀ ਬਿਹਤਰੀ ਲਈ ਜੋ ਲਾਭਕਾਰੀ ਗੁਣਕਾਰੀ ਕਾਰਵਾਈਆਂ ਕਰਨੀਆਂ ਸਨ ਉਹ ਤੋਂ ਵੀ ਮੁਕਰ ਗਏ ਸੋ ਇਹ ਜਿਹੜੀ ਲੜਾਈ ਆ ਇਹ ਕੋਈ ਖਤਮ ਹੁੰਦੀ ਨਜ਼ਰ ਨਹੀਂ ਆਂਦੀ ਕਿਉਂਕਿ ਸੁਖਦੇਵ ਸਿੰਘ ਢਿੰਡਸਾ ਨੂੰ ਸਮਝ ਆ ਚੁੱਕੀ ਹੈ ਕਿ ਇਸ ਪਾਰਟੀ ਨੂੰ ਫੇਰ ਛੱਡਣਾ ਤੇ ਮੁੜ ਕਿਥੇ ਹੋਰ ਪਾਰਟੀ ਦੇ ਪਿੱਛੇ ਫਿਰਨਾ ਉਹਨਾਂ ਦੇ ਸਿਆਸੀ ਕੈਰੀਅਰ ਲਈ ਕੋਈ ਲਾਹੇਵੰਦ ਨਹੀਂ ਹੋ ਸਕਦਾ ਇਹ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਹੈ ਉਹ ਹੁਣ ਜਾਣ ਵੀ ਕਿਥੇ ਤਿੰਨ ਪਾਰਟੀਆਂ ਤੇ ਘੁੰਮਕਮਾ ਕੇ ਆ ਗਏ ਇਵਨ ਪ੍ਰਾਈਮ ਮਿਨਿਸਟਰ ਤੱਕ ਚਾਹੇ ਉਹਦਾ ਅਸ਼ੀਰਵਾਦ ਵੀ ਲੈ ਲਿਆ ਉਹਨਾਂ ਦੇ ਕਹਿਣ ਦੇ ਮੁਤਾਬਕ 2022 ਦੀਆਂ ਅਸੈਂਬਲੀ ਚੋਣਾਂ ਵੀ ਲੜ ਰੀਆਂ ਹਾਰ ਦਾ ਮੂੰਹ ਵੀ ਦੇਖ ਲਿਆ ਉਸ ਤੋਂ ਪਹਿਲੇ ਵੀ ਹਾਰ ਦੇ ਪਾਰਲੀਮੈਂਟ ਦੀਆਂ ਦੋ ਚੋਣਾਂ ਭਗਵੰਤ ਮਾਨ ਤੋਂ ਹਾਰ ਕੇ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਜੋਸ਼ ਹਾਰ ਦਾ ਮੂੰਹ ਦੇਖਿਆ ਉਹ ਕੁਝ ਹੁਣ ਹੋਰ ਸੋਚ ਵੀ ਨਹੀਂ ਸਕਦੇ ਉਹਨਾਂ ਦੇ ਅੱਗੇ ਸੰਗਰੂਪ ਚ ਹੁਣ ਹੋਏਗਾ ਕੀ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਸੁਖਬਾਲ ਖੈਰਾ ਨੂੰ ਇਸ ਜੋ ਪਾਰਟੀ ਅੰਦਰ ਨਿਰਾਸ਼ਾ ਦੇ ਵਿਦਰੋਹੀ ਭਾਵਨਾ ਜਿਹੜੀ ਦੱਬੀ ਹੋਈ ਹੈ ਔਰ ਜਿਹੜੀ ਉਸ ਮੀਟਿੰਗ ਵਿੱਚ ਖੁੱਲ ਕੇ ਸਾਹਮਣੇ ਆਈ ਇਸ ਦਾ ਬੜਾ ਲਾਭ ਹੋਏਗਾ ਕਿਉਂਕਿ ਇਹ ਸਿਆਸੀ ਲੀਡਰ ਚੁੰਦੇ ਨੂੰ ਬਣਨ ਨਹੀਂ ਦੇਣਗੇ ਮੈਂਬਰ ਪਾਰਲੀਮੈਂਟ ਜਿੱਥੋਂ ਤੱਕ ਉਸ ਮੀਟਿੰਗ ਵਿੱਚ ਜੋ ਗੱਲਬਾਤ ਹੋਈ ਹੈ ਜੋ ਬਹਿਸ ਹੋਈ ਹੈ ਜੋ ਸਵਾਲ ਜਵਾਬ ਕੀਤੇ ਲੀਡਰਾਂ ਨੇ ਜੋ ਉੱਥੇ ਭਾਸ਼ਣ ਦਿੱਤੇ ਜੇਕਰ ਉਹਨਾਂ ਨੂੰ ਸਹੀ ਸੰਦਰਭ ਵਿੱਚ ਰੱਖ ਕੇ ਦੇਖਿਆ ਜਾਏ ਤਾਂ ਇਹ ਗੱਲ ਸਪਸ਼ਟ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਗਰੁੱਪ ਉਹਦੇ ਮੈਂਬਰ ਇਕਬਾਲ ਸਿੰਘ ਚੁੰਦਾ ਨੂੰ ਇਹ ਇਸ ਚੋਣ ਵਿੱਚ ਸਮਰਥਨ ਨਹੀਂ ਦੇਣਗੇ ਜਾਂ ਚੁੱਪ ਕਰਕੇ ਬੈਠੇ ਰਹਿਣਗੇ ਅਤੇ ਵੋਟਾਂ ਵਾਲੇ ਦਿਨ ਜੋ ਵੋਟਾਂ ਭੁਗਤਣੀਆਂ ਉਹ ਤਾਂ ਉੱਥੇ ਹੀ ਭੁਗਤਾਨਗੇ ਜਿਹਦੇ ਨਾਲ ਚੋਣਦਾ ਜੀ ਹਾਰ ਜਾਣ ਜਾਨੀ ਕਿ ਉਸ ਵੇਲੇ ਕਿਹੜਾ ਕੈਂਡੀਡੇਟ ਉਹਨਾਂ ਦੇ ਸਾਹਮਣੇ ਹੋਏਗਾ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰਮੀਤ ਸਿੰਘ ਮੀਤ ਏਰ ਜੋ ਕਿ ਸਪੋਰਟਸ ਮੰਤਰੀ ਆਨ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਖੜੇ ਆ ਕਿਉਂਕਿ ਇਹ ਭਗਵੰਤ ਮਾਨ ਜੀ ਦੀ ਪੁਰਾਣੀ ਸੀਟ ਹੈ ਇਹ ਉਹਨਾਂ ਲਈ ਵਕਾਰ ਦਾ ਮਸਲਾ ਹੈ ਇਹ ਉਹਨਾਂ ਦੀ ਇੱਜ਼ਤ ਮਾਣ ਦਾ ਵਕਾਰ ਦੀ ਗੱਲ ਹੈ ਕਿ ਇਹ ਸੀਟ ਉਹਨਾਂ ਨੇ ਜ਼ਰੂਰ ਚਿਤਨੀ ਹੈ ਸੋ ਇਹਦੇ ਤੇ ਉਹ ਪੂਰਾ ਜ਼ੋਰ ਲਾਣਗੇ ਔਰ ਉਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਕਿ ਪਿਛਲੀ ਵਾਰੀ ਵੀ ਤੁੱਕੇ ਨਾਲ ਜਿੱਤੇ ਹਨ ਉਹਨਾਂ ਦੀ ਐਤ ਕੀ ਉਦਾਂ ਦੀ ਬੱਲੇ ਬੱਲੇ ਹੋਣ ਦੀ ਸੁਭਾਵਨਾ ਹੈ ਕਿ ਨਹੀਂ ਇਹ ਤੇ ਸਮਾਂ ਦੱਸੇਗਾ ਪਰ ਜੋ ਲੋਕਾਂ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਇੰਨੀ ਐਤ ਕੀ ਵੋਟਰਾਂ ਤੇ ਪਕੜ ਹੋਣੀ ਅਸੰਭਵ ਹੈ ਸੋ ਡਾਕਟਰ ਮੱਖਣ ਸਿੰਘ ਜੋ BSP ਦੇ ਹਨ ਉਹ BSP Dalit ਵੋਟਾਂ ਲੈ ਜਾਣਗੇ BSP ਦੀਆਂ ਕੁਝ ਕਮਿਟਿਡ ਵੋਟਾਂ ਵੀ ਹਨ ਪਰ ਕੀ ਉਹ ਜਿੱਤ ਦੀ ਸਟੇਜ ਤੱਕ ਪਹੁੰਚ ਸਕਣਗੇ ਇਹ ਵੀ ਕਾਫੀ ਸਮਾਂ ਕੈਂਪੇਨ ਤੋਂ ਬਾਅਦ ਲੱਗੇਗਾ ਹਲੇ ਤੱਕ ਜੋ بلندੀਆਂ ਤੇ ਕੌਨਫੀਡੈਂਸ ਜਿਸ ਕੈਂਡੀਡੇਟ ਵਿੱਚ ਹੈ ਸਭ ਤੋਂ ਵੱਧ ਉਹ ਹੈ ਸੁਖਪਾਲ ਖਹਿਰਾ ਸੋ ਇਕਬਾਲ ਸਿੰਘ ਚੁੰਦਾ ਜੀ ਤਾਂ ਕਲ ਦੇ ਜਦੋਂ ਦਾ ਇਹ ਬਾਗੀ ਹੋ ਗਿਆ ਸੁਖਬੀਰ ਦੇ ਵਿਰੁੱਧ ਹੋ ਗਿਆ ਢਿੰਡਸਾ ਜੀ ਦਾ ਗੁੱਟ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਇਹ ਦੱਸਿਆ ਜਾਂਦਾ ਹੈ ਕਿ ਡੀ ਮੋਰਲਾਈਜੇਸ਼ਨ ਜੀ ਆ ਗਈ ਕਿ ਇਹਨਾਂ ਦਾ ਇੰਨਾ ਪ੍ਰਭਾਵ ਹੈ ਸੰਗਰੂਰ ਤੇ ਬਰਨਾਲਾ ਇਲਾਕੇ ਵਿੱਚ ਕਿ ਉਹਨਾਂ ਲਈ ਜਿਤਨਾ ਜਾਂ ਉਹਨਾਂ ਦੀਆਂ ਵੋਟਾਂ ਇਹਨਾਂ ਨੂੰ ਪੈਣੀਆਂ ਇਕਬਾਲ ਸਿੰਘ ਚੁੰਦਾਜੀ ਨੂੰ ਮੁਸ਼ਕਲ ਲੱਗ ਰਹੀਆਂ ਇਸ ਕਰਕੇ ਉਹਨਾਂ ਵੱਲੋਂ ਨਾ ਕੋਈ ਬਿਆਨ ਆ ਰਿਹਾ ਅਤੇ ਨਾ ਹੀ ਉਹਨਾਂ ਨੇ ਕੋਈ ਆਪਣੀ ਉਸ ਤਰ੍ਹਾਂ ਕੈਂਪੇਨ ਸ਼ੁਰੂ ਕੀਤੀ ਹੈ ਯਾਨੀ ਉਹਨਾਂ ਦੀ ਦੌੜ ਸ਼ੁਰੂ ਹੋਣ ਤੋਂ ਪਹਿਲੇ ਹੀ ਉਹਨਾਂ ਦਾ ਸਾਥ ਤੋੜ ਦਿੱਤਾ ਸੁਖਦੇਵ ਸਿੰਘ ਢਿੰਡਸਾ ਦੇ ਗੁੱਟ ਨੇ ਸੋ ਇਹ ਸਾਰੀ ਚਰਚਾ ਰਹੀ ਆਪ ਜੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਵੇਲੇ ਇਸ ਸੀਟ ਤੇ ਅੱਜ ਦੀ ਤਰੀਕ ਵਿੱਚ ਦੋ ਕੈਂਡੀਡੇਟ ਜਾਨੀ ਸੁਖਪਾਲ ਖਹਿਰਾ ਅਤੇ ਮੀਥ ਇਅਰ ਦੇ ਵਿੱਚ ਜੋ ਹੈ ਸਖਤ ਮੁਕਾਬਲਾ ਹੋਣ ਦੀ ਸਭਾਵਨਾ ਬਣ ਰਹੀ ਹੈ ਅਕਾਲੀ ਦਲ ਤਾਂ ਪਹਿਲੇ ਹੀ ਲੋਕਾਂ ਦੇ ਨਾਲੋਂ ਟੁੱਟ ਚੁੱਕਾ ਹੈ ਅਕਾਲੀ ਦਲ ਜਿਹੜਾ ਉਸ ਨੂੰ ਪੰਥਕ ਵੋਟਾਂ ਹੀ ਨਹੀਂ ਪਹਿਰੀਆਂ ਔਰ ਇਹ ਜਿਹੜਾ ਇਲਾਕਾ ਸੰਗਰੂਰ ਬਰਨਾਲਾ ਤੇ ਇਸ ਦੀਆਂ ਜੋ ਨਵਾਂ ਕੰਸਟੀਚੂਐਂਸੀਆਂ ਉਸ ਦਾ ਵਿੱਚ ਬਹੁਤੀ ਗਿਣਤੀ ਜੋ ਹੈ ਉਹ ਪੰਥਕ ਵੋਟਾਂ ਦੀ ਹੈ ਕਿੰਨੇ ਕ ਪੰਥਕ ਵੋਟਰ ਜੋ ਆਮ ਆਦਮੀ ਦੇ ਹੱਕ ਚ ਚਲੇ ਗਏ ਸੀ ਪਾਰਟੀ ਦੇ 2022 ਦੀਆਂ ਚੋਣਾਂ 'ਚ ਕਿ ਉਹ ਵਾਪਸ ਆਣਗੇ ਕਿਉਂਕਿ ਇਹ ਜੋ ਪੰਥਕ VOTER ਢੀਂਡਸਾ ਜੀ ਦੇ ਅਗੇਂਸਟ ਭੁਗਤ ਦੇ ਸੀ ਦੋ ਪਾਰਲੀਮੈਂਟਰੀ ਇਲੈਕਸ਼ਨਾਂ ਜਦੋਂ ਕਿ ਭਗਵਾਨਦਾਨ ਪਹਿਲੀ ਵਾਰੀ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਦੂਜੀ ਵਾਰੀ ਉਹ ਤਕਰੀਬਨ ਤਕਰੀਬਨ ਲੱਖ ਦੇ ਨੇੜੇ ਵੋਟਾਂ ਨਾਲ ਜਿੱਤੇ ਤੋਂ ਢੀਂਡਸਾ ਸਾਹਿਬ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੋ ਢੀਂਡਸਾ ਸਾਹਿਬ ਹੁਣ ਕੋਈ ਬਹੁਤ ਪ੍ਰਭਾਵਸ਼ਾਲੀ ਲੀਡਰ ਵੀ ਨਹੀਂ ਰਹਿ ਗਏ ਸੋ ਇਸ ਚਰਚਾ ਨੂੰ ਸਮਾਪਤ ਕਰਦੇ ਆਂ ਅਤੇ ਇੱਕ ਗੱਲ ਬੜੀ ਸਪਸ਼ਟ ਹੈ ਜੋ ਮੈਂ ਅਖੀਰ ਚ ਕਹਣਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅੰਦਰੂਨੀ ਹਾਲਤ ਬਹੁਤ ਖਸਤਾ ਜਿੱਦਿਆਂ ਕਿ ਇੱਕ ਪ੍ਰਮਾਣ ਤੇ ਤੁਸੀਂ ਸੰਗਰੂਰ ਵਿੱਚ ਦੇਖ ਚੁੱਕੇ ਹੋ ਦੂਜਾ ਜੋ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਜੋ ਪਾਲਿਸੀ ਖੇਡੀ ਆ ਉਹਨਾਂ ਨੇ ਉਹ ਵੀ ਬੜੀ ਤਕੜੀ ਛੱਟ ਮਾਰੇਗੀ ਸੁਖਵੀਰ ਬਾਦਲ ਦੀ ਪਾਰਟੀ ਨੂੰ ਉਹਨਾਂ ਨੇ ਆਪਣੀ ਨੂੰ ਬੀਜੇਪੀ ਚ ਭੇਜਤੀ ਉਹਨਾਂ ਦਾ ਮੁੰਡਾ ਵੀ ਬੀਜੇਪੀ ਚ ਲਾ ਗਿਆ ਅਤੇ ਉਹ ਬਠਿੰਡੇ ਤੋਂ ਕੈਂਡੀਡੇਟ ਵੀ ਖੜੇ ਹੋ ਗਏ ਪਰਮਪਾਲ ਕੋਰ ਜੀ ਆਈਐਸ ਅਫਸਰ ਹੁਣ ਜੋ ਆਉਣ ਵਾਲਾ ਸਮਾਂ ਉਹ ਦੱਸੇਗਾ ਕਿ ਸਿਕੰਦਰ ਸਿੰਘ ਮਲੂਕਾ ਜੀ ਆਪਣੀ ਨੂ ਦੇ ਹੱਕ ਵਿੱਚ ਵਿਚਰਨਗੇ ਕੈਂਪੇਨ ਵਿੱਚ ਕਿ ਘਰੇ ਚੁੱਪ ਕਰਕੇ ਬੈਠ ਜਾਣਗੇ ਕਿ ਕੀ ਅਕਾਲੀ ਦਲ ਛੱਡ ਕੇ ਭਾਜਪੀ ਵਿੱਚ ਵੀ ਉਹਨਾਂ ਦਾ ਦਾਖਲਾ ਹੋ ਸਕਦਾ ਹੈ ਅਜਿਹਾ ਸਮਾਂ ਕਦੋਂ ਆਏਗਾ ਇਹ ਤੁਹਾਨੂੰ ਕੁਝ ਦਿਨਾਂ ਚ ਪਤਾ ਲੱਗ ਜਾਏਗਾ ਕਿਉਂਕਿ ਸਿਆਸਤਦਾਨ ਜੋ ਹੈ ਉਹ ਚੁੱਪੀ ਰੱਖ ਕੇ ਨਹੀਂ ਜੀ ਸਕਦਾ ਤੋਂ ਇਹ ਜੋ ਪਰਿਵਾਰ ਦਾ ਫੈਸਲਾ ਹੈ ਇਹਦਾ ਮੈਂ ਤਾਂ ਬਿਲਕੁਲ ਨਿਸ਼ਚਿਤ ਤੌਰ ਤੇ ਮੰਨਦਾ ਹਾਂ ਸਪਸ਼ਟਾ ਇਸ ਬਾਰੇ ਕਿ ਇਹ ਸਿਕੰਦਰ ਸਿੰਘ ਮਲੂਕਾ ਜੀ ਦੀ ਮਰਜ਼ੀ ਨਾਲ ਹੀ ਖੇਡ ਖੇਡੀ ਗਈ ਹੈ ਉਹਨਾਂ ਕੋਲ ਜੋ ਕੈਂਡੀਡੇਟ ਸੀ ਉਹਨਾਂ ਨੇ ਆਪਣੀ ਨੂੰ ਨੂੰ ਬਣਵਾ ਦਿੱਤਾ ਵਿਜੇ ਚ ਭੇਜ ਦਿੱਤਾ ਅਤੇ ਉਹਨਾਂ ਨੇ ਕੁਝ ਦੇਰ ਸੁਖਵੀਰ ਬਾਦਲ ਉੱਪਰ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਕੀਤੇ ਸਨ ਸੋ ਇਹ ਇਸ ਦਾ ਦੋ ਘਟਨਾਵਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਕੀ ਹੈ ਜਾਨੀ ਕਿ ਸੁਖਬੀਰ ਬਾਦਲ ਜੋ ਕਿ ਪਾਰਟੀ ਦੇ ਪ੍ਰਧਾਨ ਹਨ ਉਹਨਾਂ ਦੀ ਘਰ ਵਾਲੀ ਚੋਣ ਲੜ ਰਹੀ ਹੈ ਚੌਥੀ ਵਾਰੀ ਬਠਿੰਡੇ ਤੋਂ ਤਿੰਨ ਵਾਰੀ ਲਗਾਤਾਰ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਪਿਛਲੀ ਵਾਰੀ ਉਹਨਾਂ ਨੂੰ ਕੋਈ 20000 ਤੋਂ ਘੱਟ ਵੋਟਾਂ ਤੇ ਉਹਨਾਂ ਨੇ ਇਹ ਬਠਿੰਡੇ ਦੀ ਸੀਟ ਜਿੱਤੀ ਹੈ ਤਾਂ ਹੁਣ ਉਹਦੇ ਵਿੱਚ ਜੋ ਉਹਨਾਂ ਨੂੰ ਵੋਟਾਂ ਦਾ ਖੱppa ਪੈਣਾ ਹੈ ਉਹ ਪਾਣਾ ਹੈ ਮਲੂਕਾ ਪਰਿਵਾਰ ਨੇ ਮਲੂਕਾ ਜੀ ਨੇ ਸਮਾਂ ਆਣ ਤੇ ਤੁਸੀਂ ਦੇਖੋਗੇ ਇਹ ਨਹੀਂ ਹੋ ਸਕਦਾ ਕਿ ਕੋਈ ਸੋਹਰਾ ਆਪਣੀ ਨੂੰਹ ਦੇ ਵਿਰੁੱਧ ਕੰਮ ਕਰਨ ਤੁਰਪੇ ਤੋਂ ਅਕਾਲੀ ਦਲ ਦੀ ਜੋ ਹਾਲਤ ਹੈ ਉਹ ਦੋ ਸੀਟਾਂ ਤੇ ਬੜੀ ਜਿਹੜੀ ਇਹ ਖਤਰਨਾਕ ਸਥਿਤੀ ਵਿੱਚ ਹੈ ਇਹ ਗੱਲ ਕਰਦਿਆਂ ਹੋਇਆ ਮੈਂ ਇਸ ਚਰਚਾ ਨੂੰ ਸਮਾਪਤ ਕਰਦਾ ਅਗਰ ਆਪ ਜੀ ਨੇ ਹੁਣਤੀ ਕਰਨ ਅਮਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਸ ਦਾ ਬੈਲ ਆਈਕਨ ਦਬਾਓ ਜਾਨੀ ਦੀ ਘੰਟੀ ਵਜਾਓ ਤਾਂ ਜੇ ਇਹ ਵੀਡੀਓ ਸਿੱਧੀ ਤੁਹਾਨੂੰ ਤੁਹਾਨੂੰ ਮਿਲੇ ਇਹ ਵੀਡੀਓ ਆਪ ਜੀ ਨੂੰ ਗੁਜਾਰਿਸ਼ ਹੈ ਕਿ ਆਪਣੇ ਸਾਥ ਸਬੰਧੀਆਂ ਨੂੰ ਮਿੱਤਰਾਂ ਨੂੰ ਅਤੇ ਸ਼ੇਅਰ ਕਰੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੇ ਤੁਹਾਨੂੰ ਜੋ ਇਸ ਚੋਣਾਂ ਦੇ ਮਾਹੌਲ ਵਿੱਚ ਵੱਖ-ਵੱਖ ਜੋ ਕਾਂਸਟਿਟੂਐਂਸੀਆਂ ਤੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੀ ਅੰਦਰੂਨੀ ਜੋ ਗੱਲਬਾਤ ਹੈ ਉਸ ਦਾ ਸਹੀ ਨਜ਼ਾਰਾ ਮਿਲ ਸਕੇ ਧੰਨਵਾਦ ਸਾਥ ਸ੍ਰੀ